ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਉਹਨਾਂ ਦੇ ਮਾਮਲੇ ਦਰਜ ਨੇ ਅਤੇ ਉਹਨਾਂ ਵੱਲੋਂ ਹੁਣ ਕੋਰਟ ਦੇ ਵਿੱਚ ਕਿਹਾ ਗਿਆ ਕਿ ਇੱਕੋ ਕੋਰਟ ਦੇ ਵਿੱਚ ਮੇਰੇ ਸਾਰੇ ਕੇਸ ਨੇ ਉਹ ਲਿਆਉਂਦੇ ਜਾਣ ਅਤੇ ਕੋਰਟ ਵੱਲੋਂ ਵੀ ਉਹ ਗੱਲ ਮੰਨ ਲਈ ਗਈ ਹੈ ਅਤੇ 19 ਜੁਲਾਈ ਤੱਕ ਕਿਹਾ ਗਿਆ ਕਿ ਸਾਰੇ ਟ੍ਰਾਇਲ ਇੱਕੋ ਕੋਰਟ 'ਚ ਹੋਣਗੇ, ਇੱਕੋ ਥਾਂ ਦੇ ਉੱਤੇ ਹੀ ਉਹ ਕੇਸ ਲਿਆਉਂਦੇ ਜਾਣ ਤਾਂ ਜੋ ਵਿਅਕਤੀਗਤ ਰੂਪ ਦੇ ਉੱਤੇ ਵੀ ਉਹ ਉਹਨਾਂ ਪੇਸ਼ੀਆਂ ਦੇ ਵਿੱਚ ਸ਼ਾਮਿਲ ਹੋ ਸਕਣ, ਆਪਣਾ ਪੱਖ ਰੱਖ ਸਕਣ। ਵੱਲੋਂ ਕਿਹਾ ਜਾਂਦਾ ਵੀ ਥੱਪੜ ਮਾਰਿਆ ਸੀ ਅਤੇ ਕੰਗਣਾ ਵੱਲੋਂ ਵੀ ਬਿਆਨ ਸਾਹਮਣੇ ਆਏ ਸੀ, ਪੰਜਾਬ ਦੇ ਉੱਤੇ ਇੱਕ ਇਲਜ਼ਾਮ ਲਗਾਏ ਸੀਗੇ ਅਤੇ ਕੁਲਵਿੰਦਰ ਦੇ ਮਾਮਲੇ ਦੇ ਵਿੱਚ ਨਿੱਤ ਨਵੀਂ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਗੱਲ ਸਾਹਮਣੇ ਆਉਂਦੀ ਹੈ ਜੀ। ਹੁਣ ਵੀ CF ਦੇ DIG ਸਾਹਿਬ ਵੱਲੋਂ ਕਿਹਾ ਗਿਆ ਕਿ ਹੁਣ ਕੁਲਵਿੰਦਰ ਕੌਰ ਮਾਫ਼ੀ ਮੰਗ ਰਹੀ ਹੈ ਜੀ। ਕਿਤੇ ਵੀ ਸਰਚ ਕੀਤਾ ਜਾਵੇਗਾ ਕੁਲਵਿੰਦਰ ਕੌਰ ਦਾ ਨਾਮ ਤਾਂ ਕੰਗਣਾ ਰਣੌਤ ਦੀ ਫੋਟੋ ਨਾਲ ਆਉਂਦੀ ਹੈ। ਜਦੋਂ ਕੰਗਣਾ ਰਣੌਤ ਨੂੰ ਸਰਚ ਕੀਤਾ ਜਾਂਦਾ ਤਾਂ ਕੁਲਵਿੰਦਰ ਕੌਰ ਦੀ ਫੋਟੋ ਵੀ ਸੋਸ਼ਲ ਮੀਡੀਆ ਦੇ ਉੱਤੇ ਨਾਲ ਆ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਮਾਮਲਾ ਕਾਫ਼ੀ ਗੰਭੀਰ ਹੈ ਅਤੇ ਕੰਗਣਾ ਰਣੌਤ ਦੀ ਭੈਣ ਰੰਗੋਲੀ ਵੀ ਕਾਫ਼ੀ ਚਰਚਾ ਦੇ ਵਿੱਚ, ਉਹਨੇ ਵੀ ਕਈ ਟਿੱਪਣੀਆਂ ਪੰਜਾਬ ਨੂੰ ਲੈ ਕੇ ਕਰ ਦਿੱਤੀਆਂ ਨੇ। ਫਿਰ ਉਹੀ ਅੱਤਵਾਦ, ਵੱਖਵਾਦ, ਕਾਫ਼ੀ ਕੁਝ ਚੱਲ ਰਿਹਾ। ਮੰਗ ਕੀਤੀ ਹੈ ਬਿਕਰਮ ਸਿੰਘ ਮਜੀਠੀਆ ਨੇ ਕਿ ਕੰਗਣਾ ਰਣੌਤ ਦੇ ਉੱਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ। CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਘਨ ਪਾਉਣਾ ਤਾਂ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ? ਫਰੀਦਕੋਟ ਤੋਂ ਜੇ ਕਿ ਸੰਸਦ ਮੈਂਬਰ ਆਜ਼ਾਦ ਚੁਣੇ ਗਏ ਨੇ, ਸਰਬਜੀਤ ਸਿੰਘ ਖਾਲਸਾ ਵੱਲੋਂ ਇੱਕ ਵੱਖਰੀ ਮੰਗ ਕੀਤੀ ਗਈ ਹੈ। ਕਹਿੰਦੇ ਜਿਹੜੇ ਦੋਸ਼ੀ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ ਕਰਦੇ ਨੇ ਉਹਨਾਂ ਨੂੰ 302 ਦੀ ਧਾਰਾ ਲੱਗਣੀ ਚਾਹੀਦੀ ਉਹਨਾਂ ਦੇ ਉੱਤੇ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਦੋਂ ਲੋਕ ਸਭਾ ਦੇ ਵਿੱਚ ਜਾਊਂਗਾ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਬੇਅਦਬੀ ਦੇ ਮਾਮਲਿਆਂ ਨੂੰ ਉਭਾਰੂੰਗਾ। ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਅਤੇ ਉਹਨਾਂ ਦਾ ਪਰਿਵਾਰ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਇਆ ਅਤੇ ਉਹਨਾਂ ਦੇ ਵਕੀਲ ਨੇ ਵੀ ਕਿਹਾ ਸੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਅੰਮ੍ਰਿਤਪਾਲ ਨੂੰ ਕਿਵੇਂ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਜਾਵੇ। ਹਾਲਾਂਕਿ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਸੰਧੂ ਸਾਹਿਬ ਨੂੰ ਜਾਣਾ ਪਵੇਗਾ ਜੀ। ਪੰਜਾਬ ਸਰਕਾਰ ਜਿਹਦੇ ਕਹਿਣ ਦੇ ਉੱਤੇ NSA ਲੱਗਿਆ ਹੋਇਆ ਉਹ ਕੇਂਦਰ ਦੇ ਨਾਲ ਗੱਲ ਕਰਦੀ ਹੈ। ਜੇ ਕੇਂਦਰ ਨਾਲ ਗੱਲ ਕਰਦੀ ਹੈ ਤਾਂ ਇਸ ਵੇਲੇ NDA ਦੀ ਸਰਕਾਰ ਬਣਨ ਵਾਲੀ ਹੈ, ਤਾਂ NDA ਦੀ ਜਿਹੜੀ ਭਾਈਵਾਲੀ ਹੈ ਉਹ ਇੱਧਰਲੇ ਪਾਸੇ ਜੁੜਦੀ ਹੈ, ਤਾਂ ਫਿਰ ਸਵਾਲ ਇਹ ਖੜ੍ਹੇ ਹੋ ਜਾਣਗੇ ਕਿ ਭਗਵੰਤ ਮਾਨ ਸਰਕਾਰ ਦੇ ਕਹਿਣ 'ਤੇ NDA ਦੇ ਨਾਲ ਕੋਈ ਨਾ ਕੋਈ ਸਲਾਹ ਮਸ਼ਵਰਾ ਹੋ ਗਿਆ ਜਿਸ ਤੋਂ ਬਾਅਦ ਦੇ ਵਿੱਚ ਇਹ ਗੱਲ ਹੋਈ ਹੈ, ਅਤੇ ਫਿਰ ਯੂਟਰਨ ਵਾਲਾ ਮਾਮਲਾ ਆ ਜਾਊਗਾ ਵੀ ਪਹਿਲਾਂ ਗ੍ਰਿਫਤਾਰੀ ਕਰ ਲਈ, NSA ਹੋ ਗਿਆ ਅਤੇ ਉਹ ਯੂਟਰਨ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਮੁੜ ਤੋਂ ਸਹਿਮਤੀ ਬਣ ਗਈ ਆ ਭਾਜਪਾ ਵੱਲੋਂ, ਹਾਲਾਂਕਿ ਉਹਨਾਂ ਨੂੰ ਕਾਫ਼ੀ ਜ਼ਿਆਦਾ ਸਮਰਥਨ ਮਿਲਿਆ। ਉਹਨਾਂ ਨੇ ਕੱਲ੍ਹ ਰਾਸ਼ਟਰਪਤੀ ਨੂੰ ਪੱਤਰ ਵੀ ਦੇ ਦਿੱਤਾ ਹੈ ਅਤੇ ਕੱਲ੍ਹ ਉਹ ਸਹੁੰ ਚੁੱਕਣਗੇ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਸਹਿਯੋਗੀ ਧਰਮਿੰਦਰ ਸੰਧੂ ਮੇਰੇ ਨਾਲ ਮੌਜੂਦ ਨੇ। ਆਉਣ ਦਾ ਪਹਿਲਾਂ ਸਵਾਗਤ ਕਰਦੇ ਸੰਧੂ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ ਜੀ। ਜੀ ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ। ਸੰਧੂ ਸਾਹਿਬ, ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਉਹਨਾਂ ਦੇ ਮਾਮਲੇ ਦਰਜ ਨੇ ਅਤੇ ਉਹਨਾਂ ਵੱਲੋਂ ਹੁਣ ਕੋਰਟ ਦੇ ਵਿੱਚ ਕਿਹਾ ਗਿਆ ਕਿ ਇੱਕੋ ਕੋਰਟ ਦੇ ਵਿੱਚ ਮੇਰੇ ਸਾਰੇ ਕੇਸ ਨੇ ਉਹ ਲਿਆਉਂਦੇ ਜਾਣ ਅਤੇ ਕੋਰਟ ਵੱਲੋਂ ਵੀ ਉਹ ਗੱਲ ਮੰਨ ਲਈ ਗਈ ਹੈ ਅਤੇ 19 ਜੁਲਾਈ ਤੱਕ ਕਿਹਾ ਗਿਆ ਕਿ ਸਾਰੇ ਟ੍ਰਾਇਲ ਇੱਕੋ ਕੋਰਟ 'ਚ ਹੋਣਗੇ ਜੀ। ਬਿਲਕੁਲ ਬਲਵਿੰਦਰ, ਜਗਤਾਰ ਸਿੰਘ ਹਵਾਰਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਾਫ਼ੀ ਚਰਚਾ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦਾ ਕਤਲ ਹੁੰਦਾ ਹੈ ਤਾਂ ਉਸ ਮਾਮਲੇ ਦੇ ਵਿੱਚ ਵੀ ਉਹ ਲਗਾਤਾਰ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਉਹਨਾਂ ਦੇ ਉੱਤੇ ਨੇ ਅਤੇ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਰਾਹਤ ਵੀ ਮਿਲੀ ਹੈ। ਲਗਾਤਾਰ
ਪੇਸ਼ੀਆਂ ਵਾਸਤੇ ਵੱਖ ਵੱਖ ਅਦਾਲਤਾਂ ਦੇ ਵਿੱਚ ਜਾਣਾ ਪੈਂਦਾ। ਇਸੇ ਦੇ ਮੱਦੇਨਜ਼ਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਜਿੰਨੇ ਕੇਸ ਪੈਂਡਿੰਗ ਨੇ, ਜਿਨ੍ਹਾਂ ਦੀ ਸੁਣਵਾਈ ਲਗਾਤਾਰ ਚੱਲ ਰਹੀ ਹੈ, ਉਹਨਾਂ ਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ ਅਤੇ ਇੱਕੋ ਥਾਂ ਦੇ ਉੱਤੇ ਹੀ ਉਹ ਕੇਸ ਲਿਆਂਦੇ ਜਾਣ, ਤਾਂ ਜੋ ਵਿਅਕਤੀਗਤ ਰੂਪ ਦੇ ਉੱਤੇ ਵੀ ਉਹ ਉਹਨਾਂ ਪੇਸ਼ੀਆਂ ਦੇ ਵਿੱਚ ਸ਼ਾਮਿਲ ਹੋ ਸਕਣ, ਆਪਣਾ ਪੱਖ ਰੱਖ ਸਕਣ। ਕਿਉਂਕਿ ਅਕਸਰ ਹੁੰਦਾ ਹੈ ਕਿ ਜਿਹੜੇ ਅਜਿਹੇ ਲੋਕ ਹੁੰਦੇ ਨੇ, ਇਹਨਾਂ ਦੇ ਲਈ ਕੋਈ ਨਾ ਕੋਈ ਹੋਰ ਪ੍ਰਬੰਧ ਕੀਤਾ ਜਾਂਦਾ ਹੈ, ਵਰਚੁਅਲ ਤਰੀਕੇ ਦੇ ਨਾਲ ਜਾਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਪਰ ਹੁਣ ਇਹਨਾਂ ਦੀ ਜਿਹੜੀ ਮੰਗ ਆ, ਇਹਦੇ ਉੱਤੇ ਵਿਚਾਰ ਚਰਚਾ ਵੀ ਸ਼ੁਰੂ ਹੋ ਗਈ ਹੈ। ਕੋਰਟ ਨੇ ਕਿਹਾ ਹੈ ਕਿ ਜਿਹੜੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ, ਪੈਂਡਿੰਗ ਨੇ, ਉਹਨਾਂ ਦਾ ਸਾਰਾ ਵੇਰਵਾ 9 ਜੁਲਾਈ ਤੱਕ ਦਿੱਤਾ ਜਾਵੇ। ਅਤੇ ਹੁਣ 9 ਜੁਲਾਈ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਸਾਰਾ ਕੁਝ ਪਹੁੰਚੇਗਾ ਅਤੇ ਸੁਣਵਾਈ ਹੈ ਜਿਹੜੀ ਉਹ ਕਿਸ ਤਰ੍ਹਾਂ ਹੁੰਦੀ ਹੈ, ਕਿਹਨਾਂ ਹਾਲਾਤਾਂ ਦੇ ਵਿੱਚ ਹੁੰਦੀ, ਆਉਣ ਵਾਲਾ ਸਮਾਂ ਦੱਸੇਗਾ। ਪਰ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਵਾਲ ਵੀ ਖੜ੍ਹੇ ਹੁੰਦੇ ਨੇ ਕਿ ਸਮੇਂ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ, ਅਤੇ ਖਾਸ ਤੌਰ ਦੇ ਉੱਤੇ ਭਾਜਪਾ ਦੇ ਉੱਤੇ ਇਲਜ਼ਾਮ ਲੱਗਦੇ ਨੇ। ਅਤੇ ਨਾਲ ਹੀ ਜੁੜ ਜਾਂਦਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ, ਜਿਹੜੇ ਹੁਣ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕਮੇਟੀਆਂ ਗਠਨ ਕਰ ਰਹੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਹਰ ਕਿਸੇ ਨੇ ਇਸ ਵੱਲ ਤਵੱਜੋ ਦਿੱਤੀ, ਪਰ ਜਦੋਂ ਭਾਜਪਾ ਦੇ ਨਾਲ ਭਾਈਵਾਲੀ ਸੀ ਉਸ ਵੇਲੇ ਅਜਿਹਾ ਨਹੀਂ ਕੀਤਾ ਗਿਆ, ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਵੀ ਲੋਕ ਪੁੱਛਦੇ ਨੇ। ਅਤੇ ਹੁਣ ਜਗਤਾਰ ਸਿੰਘ ਹਵਾਰਾ ਨੇ ਜਿਸ ਤਰ੍ਹਾਂ ਦੇ ਨਾਲ ਇੱਕ ਪਟੀਸ਼ਨ ਪਾਈ ਹੈ, ਉਸ ਪਟੀਸ਼ਨ ਦੇ ਉੱਤੇ ਹੁਣ ਸੁਣਵਾਈ ਹੋਵੇਗੀ। 9 ਜੁਲਾਈ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਕਿਸ ਤਰ੍ਹਾਂ ਦੇ ਨਾਲ ਜਵਾਬ ਹੁੰਦੇ ਨੇ, ਕਿੰਨੇ ਕੁ ਕੇਸ ਨੇ, ਕਿਹੜੀਆਂ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ, ਉਹ ਆਉਣ ਵਾਲਾ ਸਮਾਂ ਦੱਸੇਗਾ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਕੰਗਣਾ ਰਣੌਤ ਦੀ, ਜੋ ਕਿ ਸੰਧੂ ਸਾਹਿਬ ਕੁਝ ਸਮਾਂ ਪਹਿਲਾਂ ਹੀ ਇੱਕ ਮਾਮਲਾ ਗਰਮਾ ਗਿਆ ਸੀਗਾ, ਗੁਰਮਿੰਦਰ ਕੌਰ ਵੱਲੋਂ ਕਿਹਾ ਜਾਂਦਾ ਵੀ ਥੱਪੜ ਮਾਰਿਆ ਸੀ, ਅਤੇ ਕੰਗਣਾ ਵੱਲੋਂ ਵੀ ਬਿਆਨ ਸਾਹਮਣੇ ਆਇਆ ਸੀ, ਪੰਜਾਬ ਦੇ ਉੱਤੇ ਇੱਕ ਇਲਜ਼ਾਮ ਲਗਾਏ ਸੀਗੇ। ਅਤੇ ਕੁਲਵਿੰਦਰ ਦੇ ਮਾਮਲੇ ਦੇ ਵਿੱਚ ਨਿਤ ਨਵੀਂ ਕੋਈ ਨਾ ਕੋਈ ਵੀਡੀਓ, ਕੋਈ ਨਾ ਕੋਈ ਗੱਲ ਸਾਹਮਣੇ ਆਉਂਦੀ ਹੈ ਜੀ। ਹੁਣ ਵੀ CF ਦੇ DIG ਸਾਹਿਬ ਵੱਲੋਂ ਕਿਹਾ ਗਿਆ ਕਿ ਹੁਣ ਕੁਲਵਿੰਦਰ ਕੌਰ ਮਾਫ਼ੀ ਮੰਗ ਰਹੀ ਹੈ ਜੀ। ਬਿਲਕੁਲ, ਬਲਵਿੰਦਰ, ਕੰਗਣਾ ਰਣੌਤ ਅਤੇ ਕੁਲਵਿੰਦਰ ਕੌਰ, ਅਤੇ ਚਰਚਾਵਾਂ ਇਹ ਵੀ ਛਿੜ ਗਈਆਂ ਨੇ, ਕਈ ਤਰ੍ਹਾਂ ਦੇ ਮੀਮ ਬਣ ਰਹੇ ਨੇ। ਕਹਿੰਦੇ ਜਦੋਂ ਕਿਤੇ ਵੀ ਸਰਚ ਕੀਤਾ ਜਾਵੇਗਾ ਕੁਲਵਿੰਦਰ ਕੌਰ ਦਾ ਨਾਮ, ਤਾਂ ਕੰਗਣਾ ਰਣੌਤ ਦੀ ਫੋਟੋ ਨਾਲ ਆਉਂਦੀ ਹੈ। ਜਦੋਂ ਕੰਗਣਾ ਰਣੌਤ ਨੂੰ ਸਰਚ ਕੀਤਾ ਜਾਂਦਾ ਤਾਂ ਕੁਲਵਿੰਦਰ ਕੌਰ ਦੀ ਫੋਟੋ ਵੀ ਸੋਸ਼ਲ ਮੀਡੀਆ ਦੇ ਉੱਤੇ ਨਾਲ ਆ ਜਾਂਦੀ ਹੈ। CISF ਦੀ ਵਰਦੀ ਦੇ ਵਿੱਚ ਕੁਲਵਿੰਦਰ ਕੌਰ ਕਾਫੀ ਚਰਚਾ ਦੇ ਵਿੱਚ ਆਈ ਹੈ, ਥੱਪੜ ਮਾਰਨ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਬਾਅਦ ਦੇ ਵਿੱਚ ਉਹ ਕਿਸਾਨੀ ਅੰਦੋਲਨ ਦਾ ਹਵਾਲਾ ਦਿੰਦੀ ਹੋਈ ਨਜ਼ਰ ਆਈ, ਜਿਹੜਾ ਉਹ ਬੀਬੀਆਂ ਬਾਰੇ ਟਿੱਪਣੀ ਸੀ ਕਿ ਇਹ ਤਾਂ 100-100 ਰੁਪਈਏ ਦੇ ਵਿੱਚ ਦਿਹਾੜੀ ਦੇ ਉੱਤੇ ਆਉਂਦੀਆਂ ਨੇ, ਕੰਗਣਾ ਰਣੌਤ ਨੇ ਟਿੱਪਣੀ ਕੀਤੀ ਸੀ। ਅਤੇ ਹੁਣ ਉਹਦੀ ਮਾਤਾ ਦਾ ਬਿਆਨ ਆਇਆ ਹੈ ਕੁਲਵਿੰਦਰ ਕੌਰ ਦੀ, ਉਹ ਕਹਿੰਦੀ ਹੈ ਕਿ ਇਹਦੇ ਪਿਤਾ ਨੂੰ ਅਸੀਂ ਨਹੀਂ ਦੱਸਿਆ ਕਿਉਂਕਿ ਉਹਨਾਂ ਨੂੰ ਪਿੱਛੇ ਜਿਹੇ ਅਟੈਕ ਆ ਗਿਆ ਸੀਗਾ, ਅਤੇ 1 ਸਾਲ ਤੋਂ ਉਹ ਲਗਾਤਾਰ ਮੰਜੇ ਦੇ ਉੱਤੇ ਨੇ। ਜੇਕਰ ਉਹਨਾਂ ਨੂੰ ਦੱਸਦੇ ਹਾਂ ਤਾਂ ਉਹਨਾਂ ਦੀ ਸਿਹਤ ਵਿਗੜ ਸਕਦੀ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਦੱਸ ਨਹੀਂ ਰਹੇ। ਅਤੇ ਲੋਕ ਘਰ ਆਉਂਦੇ ਨੇ, ਅਸੀਂ ਇਹ ਕਹਿ ਦਿੰਦੇ ਹਾਂ ਵੀ ਇਹ ਤਾਂ ਸਾਡੀਆਂ ਕਿਸਾਨ ਜਥੇਬੰਦੀ ਦੀਆਂ ਬੈਠਕਾਂ ਵਾਸਤੇ ਲੋਕ ਆ ਜਾ ਰਹੇ ਨੇ। ਅਤੇ ਉਹ ਕਹਿੰਦੀ ਮੇਰੀ ਬੇਟੀ ਨੇ ਜੋ ਕੀਤਾ ਸਹੀ ਕੀਤਾ, ਪਰ ਜਦੋਂ ਤੱਕ ਮੈਂ ਵੀਡੀਓ ਨਹੀਂ ਦੇਖ ਲੈਂਦੀ ਥੱਪੜ ਮਾਰਨ ਵਾਲੀ, ਜਦੋਂ ਤੱਕ ਮੈਂ ਉਹਦੀ ਪੁਸ਼ਟੀ ਹੁੰਦੀ ਨਹੀਂ ਦੇਖ ਲੈਂਦੀ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਭਰਾ ਦਾ ਵੀ ਇਹੀ ਹੈ ਕਿ ਅਸੀਂ ਸੰਘਰਸ਼ ਕਰਾਂਗੇ, ਇਨਸਾਫ ਦਵਾ ਕੇ ਰਹਾਂਗੇ। ਅਤੇ ਜਿਹੜੀ ਗੱਲ ਬਲਵਿੰਦਰ ਤੁਸੀਂ ਕੀਤੀ ਹੈ ਕਿ CISF ਦੇ DIG ਵਿਨੇ ਕਾਜਲਾ ਦਾ ਕੀ ਬਿਆਨ ਆ, ਉਹ ਕਹਿੰਦੇ ਨੇ ਕਿ ਕੁਲਵਿੰਦਰ ਕੌਰ ਨੂੰ ਆਪਣੇ ਕੀਤੇ ਦੇ ਉੱਤੇ ਕਾਫੀ ਪਛਤਾਵਾ ਹੈ ਅਤੇ ਹੁਣ ਆਪਣੀ ਗਲਤੀ ਦਾ ਅਹਿਸਾਸ ਕਰ ਰਹੀ ਹੈ। ਕਹਿੰਦੀ ਭਾਵੁਕ ਹੋ ਕੇ ਮੈਂ ਇਹ ਕੰਮ ਕਰ ਦਿੱਤਾ, ਯਾਨੀ ਕਿ ਜੇਕਰ DIG ਦੇ ਬਿਆਨ ਨੂੰ ਸੱਚ ਮੰਨਿਆ ਜਾਵੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਇੱਕ ਪੋਸਟਾਂ ਦੇ ਜ਼ਰੀਏ ਇਸ ਬਿਆਨ ਨੂੰ ਦਿਖਾਇਆ ਜਾ ਰਿਹਾ ਹੈ, ਤਾਂ ਇਹਦਾ ਮਤਲਬ ਕਿ ਥੱਪੜ ਕੰਗਣਾ ਰਣੌਤ ਦੇ ਮਾਰਿਆ ਗਿਆ। ਦੂਜੇ ਪਾਸੇ ਕੁਝ ਕਿਸਾਨ ਜਥੇਬੰਦੀਆਂ ਜਾਂ ਹੋਰ ਲੋਕ ਕਹਿੰਦੇ ਨੇ ਕਿ ਥੱਪੜ ਮਾਰਿਆ ਹੀ ਨਹੀਂ ਗਿਆ, ਜਾਣਬੁੱਝ ਕੇ ਇਸ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ। ਤਾਂ ਕੁੱਲ ਮਿਲਾ ਕੇ ਮਾਮਲਾ ਕਾਫੀ ਗੰਭੀਰ ਹੈ ਅਤੇ ਕੰਗਣਾ ਰਣੌਤ ਦੀ ਭੈਣ ਰੰਗੋਲੀ ਵੀ ਕਾਫੀ ਚਰਚਾ ਦੇ ਵਿੱਚ ਆ, ਉਹਨੇ ਵੀ ਕਈ ਟਿੱਪਣੀਆਂ ਪੰਜਾਬ ਨੂੰ ਲੈ ਕੇ ਕਰ ਦਿੱਤੀਆਂ ਨੇ, ਫਿਰ ਉਹੀ ਅੱਤਵਾਦ, ਵੱਖਵਾਦ, ਕਾਫੀ ਕੁਝ ਚੱਲ ਰਿਹਾ ਹੈ।
ਤੇ ਤਾਜ਼ਾ ਪੋਸਟ ਹੈ ਜਿਹੜੀ ਉਹ ਕੰਗਣਾ ਰਣੌਤ ਦੀ ਵੀ ਸਾਹਮਣੇ ਆ ਗਈ ਹੈ। ਉਹਦੇ ਵਿੱਚ ਕੰਗਣਾ ਰਣੌਤ ਨੇ ਕਹਿ ਦਿੱਤਾ ਹੈ ਕਿ ਜਦੋਂ ਕੋਈ ਅਪਰਾਧੀ ਅਪਰਾਧ ਕਰਦਾ ਹੈ ਤਾਂ ਉਹਦੇ ਕਾਫੀ ਕਾਰਨ ਹੁੰਦੇ ਨੇ, ਜਾਂ ਤਾਂ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੁੰਦਾ ਹੈ, ਜਾਂ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਭਾਵਨਾ ਰੱਖਦਾ ਹੈ, ਕੋਈ ਚੋਰੀ ਕਰਨੀ ਚਾਹੁੰਦਾ ਹੈ, ਤਾਂ ਕਰਕੇ ਅਜਿਹੇ ਅਪਰਾਧਾਂ ਨੂੰ ਅੰਜਾਮ ਦਿੰਦਾ ਹੈ। ਪਰ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹਨੇ ਇਹ ਕੰਮ ਆ ਜਿਹੜਾ ਉਹ ਗਲਤੀ ਨਾਲ ਕੀਤਾ, ਅਜਿਹਾ ਨਹੀਂ ਹੋਣਾ ਚਾਹੀਦਾ। ਜਿਹੜੇ ਕਿਸੇ ਨੇ ਵੀ ਇਹ ਕੰਮ ਕੀਤਾ ਹੁੰਦਾ ਉਹ ਬਚ ਨਹੀਂ ਸਕਦਾ ਹੁੰਦਾ, ਗਲਤੀ ਕੀਤੀ ਹੈ ਤਾਂ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਅਤੇ ਇੱਕ ਉਹਨੇ ਨਸੀਹਤ ਵੀ ਦਿੱਤੀ ਹੈ, ਕਹਿੰਦੀ ਅਜਿਹੇ ਲੋਕਾਂ ਨੂੰ ਯੋਗਾ ਕਰਨਾ ਚਾਹੀਦਾ, ਧਿਆਨ ਲਾਉਣਾ ਚਾਹੀਦਾ ਤਾਂ ਜੋ ਅਜਿਹੀਆਂ ਚੀਜ਼ਾਂ ਨਾ ਹੋ ਸਕਣ। ਅਤੇ ਹੁਣ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਕਈ ਹੋਰ ਜਥੇਬੰਦੀਆਂ ਵੀ ਆਉਂਦੀਆਂ ਨਜ਼ਰ ਆ ਰਹੀਆਂ ਨੇ। ਅਤੇ ਇੱਕ ਕੇਂਦਰੀ ਸਿੰਘ ਸਭਾ ਹੈ, ਉਹਨਾਂ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਨੂੰ ਫਿਰਕੂ ਰੰਗਤ ਨਾ ਦਿੱਤੀ ਜਾਵੇ। ਜਿਸ ਤਰ੍ਹਾਂ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਜੀ ਅੱਤਵਾਦ ਦਾ ਮਾਮਲਾ ਹੈ, ਜੀ ਇਹ ਤਾਂ ਖਾਲਿਸਤਾਨੀ ਸੀਗੇ, ਇਹ ਤਾਂ ਇਸ ਤਰ੍ਹਾਂ ਸੀ, ਤਾਂ ਮਾਹੌਲ ਖਰਾਬ ਕਰਨ ਦੀ ਕਹਿੰਦੇ ਕੋਸ਼ਿਸ਼ ਨਾ ਕੀਤੀ ਜਾਵੇ। ਕੰਗਣਾ ਰਣੌਤ ਵੀ ਆਪਣੇ ਆਪ ਦੇ ਉੱਤੇ ਕਾਬੂ ਰੱਖੇ, ਕਿਉਂਕਿ ਜਾਂਚ ਚੱਲ ਰਹੀ ਹੈ ਅਤੇ ਜਾਂਚ ਦੇ ਤਹਿਤ ਹੀ ਸਾਰਾ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ। ਪਰ ਸਵਾਲ ਬਲਵਿੰਦਰ ਇੱਥੇ ਖੜ੍ਹਾ ਹੋ ਗਿਆ ਕਿ ਜੇਕਰ DIG ਵਿਨੇ ਕਾਜਲਾ ਦੀ ਗੱਲ ਨੂੰ ਆਪਾਂ ਮੰਨ ਲਈਏ ਜੀ, ਕਿ ਬਿਆਨ ਆ ਗਿਆ ਕੁਲਵਿੰਦਰ ਕੌਰ ਨੇ ਜੋ ਉੱਥੇ ਦਰਜ ਕਰਵਾਇਆ ਕਿ ਮੇਰੇ ਤੋਂ ਗਲਤੀ ਹੋ ਗਈ, ਮੈਂ ਭਾਵੁਕ ਹੋ ਗਈ ਸੀਗੀ ਤਾਂ ਕਰਕੇ ਮੇਰੇ ਤੋਂ ਹੱਥ ਚੁੱਕਿਆ ਗਿਆ, ਤਾਂ ਮੈਂ ਮਾਫ਼ੀ ਮੰਗਦੀ ਹਾਂ, ਤਾਂ ਉਸ ਬਿਆਨ ਦੇ ਮੁਤਾਬਕ ਜਿਹੜੀਆਂ ਜਥੇਬੰਦੀਆਂ ਉਹਦੇ ਨਾਲ ਖੜੀਆਂ ਨੇ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਰੀ ਹੋਵੇਗੀ? ਅਤੇ ਹੁਣ ਤਾਂ ਇਹ ਵੀ ਚਰਚਾ ਛਿੜ ਗਈ ਹੈ ਕਿ ਉਹ ਕਹਿੰਦੇ ਨੇ ਕਿ ਜਿਹਨੂੰ ਅਸੀਂ ਸ਼ੇਰ ਨਹੀਂ ਕਹਿ ਰਹੇ ਸੀਗੇ ਉਹ ਤਾਂ ਗਲਤੀ ਨਾਲ ਅਜਿਹਾ ਕੰਮ ਕਰ ਬੈਠੀ, ਅਤੇ ਉਦੋਂ ਬਾਅਦ ਦੇ ਵਿੱਚ ਹੁਣ ਪਛਤਾ ਰਹੀ ਹੈ, ਤਾਂ ਮਤਲਬ ਸਾਰੀ ਗੇਮ ਹੀ ਖਤਮ। ਪੈਸੇ ਵੀ ਕਾਫੀ ਮਿਲੇ ਨੇ ਜੀ, ਪੈਸੇ ਕੁਲਵਿੰਦਰ ਕੌਰ ਨੂੰ ਕਾਫੀ ਇਨਾਮ ਵੀ ਦਿੱਤੇ ਨੇ ਪੰਜਾਬੀਆਂ ਨੇ ਜੀ। ਇੱਕ ਇਹ ਵੀ ਹੁੰਦਾ ਨਾ ਕਿ ਜਦੋਂ ਇੱਕ ਹੋ ਜਾਂਦਾ ਜਥੇਬੰਦੀਆਂ ਵੀ ਨਾਲ ਸਟੈਂਡ ਲੈ ਜਾਂਦੀਆਂ ਨੇ, ਤੇ ਜਿਹੜਾ ਬੰਦਾ ਅੱਗੋਂ ਫਿਰ ਬੈਠ ਜਾਵੇ, ਜਾਂ ਜਿਹਨਾਂ ਨੇ ਸਿਆਸਤ ਹੀ ਕਰਨੀ ਹੁੰਦੀ ਹੈ, ਵੀ ਆਪਾਂ ਤਾਂ ਜੀ ਸਿਆਸਤੀ ਬੰਦੇ ਹਾਂ, ਇਹਦੇ ਵਿੱਚੋਂ ਹਰ ਮੁੱਦੇ 'ਚੋਂ ਸਿਆਸਤ ਲੱਭੋ, ਆਪਣਾ ਫਾਇਦਾ ਕਰ ਲਓ, ਉਹਨਾਂ ਵਾਸਤੇ ਇਹ ਬੁਰਾ ਹੋ ਸਕਦਾ ਹੈ। ਵੈਸੇ ਜੇਕਰ ਸਮਝੌਤਾ ਹੋ ਜਾਵੇ ਉਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ ਹੈਗੀ, ਜੇ ਉਹ ਮਾਫ਼ੀ ਮੰਗ ਵੀ ਲਵੇ ਤਾਂ ਮਾਮਲਾ ਸੌਰਟ ਆਊਟ ਹੋ ਸਕਦਾ, ਨਾ ਤਾਂ ਇਹਨੂੰ ਐਡੇ ਵੱਡੇ ਅਖਬਾਰਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਿਜਾਣ ਦੀ ਲੋੜ ਪੈਣੀ ਹੈ, ਅਤੇ ਸਿਰਫ ਇਹ ਹੋ ਜਾਏਗਾ ਵੀ ਜਿਵੇਂ ਉਹਨਾਂ ਨਾਲ ਮਾਫ਼ੀ ਮੰਗਣ ਨਾਲ ਇੱਕ ਬੰਦਾ ਝੁੱਕ ਗਿਆ। ਪਰ ਹੁਣ ਮਾਮਲਾ ਕਾਫ਼ੀ ਗੰਭੀਰ ਹੈ। ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ, ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ। ਉਹਨਾਂ ਨੇ ਸਵਾਲ ਖੜ੍ਹੇ ਕੀਤੇ ਨੇ, ਉਹ ਕਹਿੰਦੇ ਨੇ ਕਿ ਕੁਲਵਿੰਦਰ ਕੌਰ ਜੋ CISF ਦੀ ਜਵਾਨ ਆ ਉਹਦੇ ਉੱਤੇ ਤਾਂ FIR ਹੋ ਗਈ, ਮਾਮਲਾ ਦਰਜ ਹੋ ਗਿਆ, ਕੰਗਣਾ ਰਣੌਤ ਦੇ ਉੱਤੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਉਹਨੇ ਵੀ ਤਾਂ ਸਰਕਾਰੀ ਕੰਮ ਦੇ ਵਿੱਚ ਸੁਰੱਖਿਆ ਦੇ ਵਿੱਚ ਵਿਘਨ ਪਾਇਆ, ਉਹਨੇ ਆਪਣੀ ਤਲਾਸ਼ੀ ਤੋਂ ਇਨਕਾਰ ਕੀਤਾ, ਤਾਂ ਹੀ ਅਜਿਹਾ ਹੋਇਆ, ਉਹਦੇ ਉੱਤੇ ਵੀ ਕੇਸ ਹੋਣਾ ਚਾਹੀਦਾ। ਅਤੇ ਦੂਜਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ, ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਟਾਊਟ ਦੀ ਤਰ੍ਹਾਂ ਕੰਮ ਕਰ ਰਹੇ ਨੇ, BJP ਦੀ ਸਲਾਹ ਦੇ ਨਾਲ ਕੰਮ ਕਰ ਰਹੇ ਨੇ, ਇਸ ਕਰਕੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਅਤੇ ਮੰਗ ਕੀਤੀ ਆ ਬਿਕਰਮ ਸਿੰਘ ਮਜੀਠੀਆ ਨੇ ਕਿ ਕੰਗਣਾ ਰਣੌਤ ਦੇ ਉੱਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਹਾਈਕੋਰਟ ਦੇ ਵਿੱਚ ਇਹਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ, ਨਿਰਪੱਖ ਜਾਂਚ ਹੋ ਜਾਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਇੱਕ ਡਿਊਟੀ 'ਤੇ ਤੈਨਾਤ ਲੜਕੀ ਨੇ, ਜਵਾਨ ਨੇ ਹੱਥ ਚੁੱਕ ਦਿੱਤਾ, ਉਹ ਵੀ ਇੱਕ MP ਦੇ ਉੱਤੇ, ਇੱਕ ਸੈਲੀਬ੍ਰਿਟੀ ਦੇ ਉੱਤੇ। ਜੀ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਆਪਾਂ ਜੀ ਫਰੀਦਕੋਟ ਤੋਂ, ਜੋ ਕਿ ਸੰਸਦ ਮੈਂਬਰ ਆਜ਼ਾਦ ਚੁਣੇ ਗਏ ਨੇ ਸਰਬਜੀਤ ਸਿੰਘ ਖਾਲਸਾ ਵੱਲੋਂ ਇੱਕ ਵੱਖਰੀ ਮੰਗ ਕੀਤੀ ਗਈ ਹੈ। ਕਹਿੰਦੇ ਜਿਹੜੇ ਦੋਸ਼ੀ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ ਕਰਦੇ ਨੇ ਉਹਨਾਂ ਨੂੰ 302 ਦੀ ਧਾਰਾ ਲੱਗਣੀ ਚਾਹੀਦੀ ਉਹਨਾਂ ਦੇ ਉੱਤੇ ਜੀ। ਬਿਲਕੁਲ ਬਲਵਿੰਦਰ, ਸਰਬਜੀਤ ਸਿੰਘ ਖਾਲਸਾ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਫਰੀਦਕੋਟ ਤੋਂ। ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੂੰ ਉਹਨਾਂ ਨੇ ਟੱਕਰ ਦਿੱਤੀ ਸੀ। ਹੰਸਰਾਜ ਹੰਸ ਭਾਜਪਾ ਵੱਲੋਂ ਚੋਣ ਮੈਦਾਨ 'ਚ ਸੀਗੇ, ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ, ਅਤੇ ਕਾਂਗਰਸ ਦੀ ਲੀਡਰ ਅਮਰਜੀਤ ਕੌਰ ਸਾਹੂ ਕੇ ਵੀ ਚੋਣ ਮੈਦਾਨ 'ਚ ਸੀ। ਇਹਨਾਂ ਸਭ ਨੂੰ ਪਛਾੜਦੇ ਹੋਏ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਹੈ। ਅਤੇ ਸਰਬਜੀਤ ਸਿੰਘ ਖਾਲਸਾ ਵੀ ਬੇਅੰਤ ਸਿੰਘ ਦੇ ਪੁੱਤਰ ਨੇ, ਜਿਨ੍ਹਾਂ ਦਾ ਕਾਫੀ ਜਿਹੜਾ
ਵਿੱਚ ਦਾਰੋਮਦਾਰ ਸੀਗਾ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, ਤਾਂ ਉਹ ਬੰਦਾ ਜਦੋਂ ਜਿੱਤਦਾ ਹੈ, ਇੱਕ ਤਾਂ ਇਹ ਸਵਾਲ ਖੜ੍ਹੇ ਹੋ ਗਏ ਕਿ ਪੰਥਕ ਵੋਟ ਇਹਨਾਂ ਵੱਲ ਆ ਗਈ, ਜਦਕਿ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਹੈ ਕਿ ਅਸੀਂ ਵੀ ਪੰਥਕ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਜੀ। ਤਾਂ ਹੁਣ ਬੇਅਦਬੀ ਦੇ ਮਾਮਲੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ ਕਾਫੀ ਨੁਕਸਾਨ ਦਾ ਕਾਰਨ ਬਣੇ ਹੋਏ ਨੇ, ਹਾਸ਼ੀਏ ਦੇ ਉੱਤੇ ਆ ਚੁੱਕਿਆ ਸ਼੍ਰੋਮਣੀ ਅਕਾਲੀ ਦਲ, ਤਾਂ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਹੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ। ਮਾਨ ਸਰਕਾਰ ਨੇ ਵੀ ਕਿਹਾ ਸੀਗਾ ਕਿ ਅਸੀਂ ਇਨਸਾਫ਼ ਦਵਾਵਾਂਗੇ, ਕੁਝ ਹੀ ਘੰਟਿਆਂ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੋ ਜੂਗੀ, ਪਰ ਅਜਿਹਾ ਨਹੀਂ ਹੋਇਆ। ਬੇਅਦਬੀ ਦਾ ਜਿਹੜਾ ਦਰਦ ਆ, ਜਿਹੜੀ ਟੀਸ ਆ, ਅੱਜ ਵੀ ਸਿੱਖ ਮਨਾਂ ਦੇ ਵਿੱਚ ਉਸੇ ਤਰ੍ਹਾਂ ਹੈ, ਉਸੇ ਤਰ੍ਹਾਂ ਹਿਰਦੇ ਵਲੂੰਦਰੇ ਹੋਏ ਨੇ। ਅਤੇ ਹੁਣ ਇੱਕ ਆਸ ਦੇ ਤੌਰ ਦੇ ਉੱਤੇ ਇਹਨਾਂ ਆਗੂਆਂ ਨੂੰ ਵੋਟਾਂ ਪਾਈਆਂ ਨੇ ਦੋ ਆਜ਼ਾਦ ਉਮੀਦਵਾਰਾਂ ਨੂੰ, ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਦੋਂ ਲੋਕ ਸਭਾ ਦੇ ਵਿੱਚ ਜਾਊਂਗਾ ਮੈਂ, ਲੋਕ ਸਭਾ ਦੇ ਵਿੱਚ ਜਾ ਕੇ ਬੇਅਦਬੀ ਦੇ ਮਾਮਲਿਆਂ ਨੂੰ ਉਭਾਰੂੰਗਾ, ਬੇਅਦਬੀ ਮਾਮਲਿਆਂ ਦੇ ਉੱਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਜੇਕਰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹਨੂੰ ਡਰ ਪੈਦਾ ਹੋ ਸਕੇ, ਉਹਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ। ਅਤੇ 302 ਦਾ ਮਾਮਲਾ ਤਾਂ ਘੱਟੋ ਘੱਟ ਇਸ ਮੁੱਦੇ ਦੇ ਉੱਤੇ, ਇਸ ਮਾਮਲੇ ਦੇ ਵਿੱਚ ਦਰਜ ਜ਼ਰੂਰ ਹੋਣਾ ਚਾਹੀਦਾ, ਜੋ ਨਹੀਂ ਹੁੰਦਾ। ਅਤੇ ਵੈਸੇ ਵੀ ਪਿੱਛੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ, ਉਹਦੇ ਵਿੱਚ ਕੁਝ ਥਾਵਾਂ ਦੇ ਉੱਤੇ ਤਾਂ ਉਸ ਦੋਸ਼ੀ ਨੂੰ, ਉਸ ਦੋਖੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਤਾਂ ਇੱਕ ਸਬੂਤ ਹੀ ਖਤਮ ਹੋ ਜਾਂਦੇ ਨੇ ਕਿ ਕੌਣ ਸੀ, ਕਿੱਥੋਂ ਆਇਆ ਸੀ, ਕਿਹਦੇ ਕਹਿਣ ਦੇ ਉੱਤੇ ਉਹਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ। ਕਈ ਮਾਮਲੇ ਸਾਹਮਣੇ ਆਏ, ਫਿਰੋਜ਼ਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ, ਹੋਰ ਥਾਵਾਂ ਦੇ ਉੱਤੇ ਵੀ ਇਸੇ ਤਰ੍ਹਾਂ ਹੋਇਆ, ਪਰ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਅਕਸਰ ਇਹ ਕਹਿ ਦਿੱਤਾ ਜਾਂਦਾ ਕਿ ਮਾਨਸਿਕ ਰੋਗੀ ਸੀਗੇ, ਇਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਗੁਰੂ ਘਰਾਂ ਦੇ ਵਿੱਚ ਹੀ ਮਾਨਸਿਕ ਰੋਗੀ ਕਿਉਂ ਪਹੁੰਚਦੇ ਨੇ, ਹੋਰ ਵੀ ਧਾਰਮਿਕ ਸਥਾਨ ਨੇ, ਉੱਥੇ ਕਿਉਂ ਨਹੀਂ ਜਾਂਦੇ, ਜੇ ਜਾਂਦੇ ਨੇ ਤਾਂ ਉਹ ਫਿਰ ਮਾਮਲੇ ਹਾਈਲਾਈਟ ਕਿਉਂ ਨਹੀਂ ਹੁੰਦੇ। ਅਤੇ ਹੁਣ ਸਰਬਜੀਤ ਸਿੰਘ ਖਾਲਸਾ ਚਾਹੁੰਦੇ ਨੇ ਕਿ ਬੇਅਦਬੀ ਮਾਮਲਿਆਂ ਦਾ ਇਨਸਾਫ਼ ਮਿਲੇ। ਫਰੀਦਕੋਟ ਤੋਂ ਨੇ, ਫਰੀਦਕੋਟ ਦੇ ਹੀ ਬਰਗਾੜੀ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ, ਉਸ ਤੋਂ ਬਾਅਦ ਕੋਟਕਪੂਰਾ ਵੀ ਫਰੀਦਕੋਟ ਦੇ ਵਿੱਚ ਹੈ ਜਿੱਥੇ ਗੋਲੀਕਾਂਡ ਹੋਇਆ, ਬਹਿਬਲ ਕਲਾਂ ਵੀ ਫਰੀਦਕੋਟ ਦੇ ਵਿੱਚ ਹੈ ਜਿੱਥੇ ਵੀ ਗੋਲੀਕਾਂਡ ਹੋਇਆ, ਅਤੇ ਅਜੇ ਤੱਕ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਅਤੇ ਹੁਣ ਸਾਰਾ ਦਾਰੋਮਦਾਰ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਆ, ਇੱਕ ਤਾਂ ਉਹਨਾਂ ਨੂੰ ਪੰਥਕ ਵੋਟ ਪੈ ਗਈ, ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਸਿੱਖ ਆਗੂ ਨੇ, ਮੁੱਦੇ ਚੁੱਕਣਾ ਜਾਣਦੇ ਨੇ ਕਿ ਉਹ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਜੋ ਗੱਲ ਕਹਿ ਰਹੇ ਨੇ ਕਿ ਇਨਸਾਫ਼ ਮਿਲਣਾ ਚਾਹੀਦਾ, ਕਾਨੂੰਨ ਬਣਨਾ ਚਾਹੀਦਾ, ਉਹ ਕਿੰਨੇ ਕੁ ਬੁਲੰਦ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਆਪਣੀ ਆਵਾਜ਼ ਚੁੱਕਦੇ ਨੇ, ਕਿ ਕੇਂਦਰ ਸਰਕਾਰ ਉਹਨਾਂ ਦੀ ਇਸ ਮੰਗ ਦੇ ਉੱਤੇ ਗੌਰ ਕਰਦੀ ਹੈ। ਅਤੇ ਵੱਡਾ ਸਵਾਲ ਇੱਕ ਹੋਰ ਵੀ ਹੈ, ਜਿਸ ਤਰ੍ਹਾਂ ਦੇ ਨਾਲ ਬਲਵਿੰਦਰ NDA ਅਤੇ ਇੰਡੀਆ ਦੀ ਜੀ ਟੱਕਰ ਚੱਲ ਰਹੀ ਹੈ, NDA ਸਰਕਾਰ ਹਾਲਾਂਕਿ ਬਣਾਉਣ ਜਾ ਰਿਹਾ, ਪਰ ਦੂਜੇ ਪਾਸੇ ਇੰਡੀਆ ਵੀ ਪੂਰਾ ਜ਼ੋਰ ਲਗਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੋਟਾਂ ਵਾਲਾ ਇਹਨਾਂ ਵੱਲੋਂ ਆਪਾਂ ਕੱਟ ਲਈਏ ਬਹੁਮਤ, ਅਤੇ ਆਪਣੇ ਵੱਲ ਲੈ ਆਈਏ ਤਾਂ ਅਸੀਂ ਸਰਕਾਰ ਬਣਾ ਲਈਏ। ਤਾਂ ਸਰਬਜੀਤ ਸਿੰਘ ਖਾਲਸਾ ਇਹ ਜ਼ਰੂਰ ਕਹਿ ਚੁੱਕੇ ਨੇ ਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲਿਆਂ ਦਾ ਪੱਖ ਨਹੀਂ ਕਰਨਾ, ਯਾਨੀ ਕਿ ਉਹਨਾਂ ਨੂੰ ਸਮਰਥਨ ਨਹੀਂ ਦੇਣਾ, ਸਿੱਧਾ ਨਿਸ਼ਾਨਾ ਕਾਂਗਰਸ ਅਤੇ ਇੰਡੀਆ ਗੱਠਜੋੜ। ਅਤੇ ਦੂਜੇ ਪਾਸੇ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਗੁਹਾਰ ਭਾਜਪਾ ਤੋਂ ਵੀ ਲਾਈ ਜਾ ਰਹੀ ਹੈ, NDA ਤੋਂ ਵੀ ਲਾਈ ਜਾ ਰਹੀ ਹੈ, ਤਾਂ ਉਹ ਅਜੇ ਤੱਕ ਨਹੀਂ ਮਿਲਿਆ, ਤਾਂ ਕੀ ਉਹ ਫਿਰ ਇੱਧਰ ਜਾਣਗੇ? ਅਤੇ ਜਾਂ ਫਿਰ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਹੈ, ਤਾਂ ਉਹ ਵੀ ਲੰਮੇ ਸਮੇਂ ਤੋਂ 10 ਸਾਲ ਇਹਨਾਂ ਦੀ ਸਰਕਾਰ ਰਹਿ ਚੁੱਕੀ ਹੈ ਭਾਜਪਾ ਦੀ, ਤਾਂ ਉਹਨਾਂ ਨੇ ਕਿਉਂ ਨਹੀਂ ਵਿਚਾਰਿਆ, ਤਾਂ ਉਹ ਵੀ ਆਪਣੇ ਆਪ ਵਿੱਚ ਸਵਾਲ ਹੈ। ਅਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਡਿਪੈਂਡ ਕਰਦਾ ਕਿ ਕਿੱਧਰ ਨੂੰ ਜਾਂਦੇ ਨੇ, ਅਤੇ ਕਿਸ ਤਰ੍ਹਾਂ ਦੇ ਨਾਲ ਬੇਅਦਬੀ ਮਾਮਲਿਆਂ ਦੀ, ਬੰਦੀ ਸਿੱਖਾਂ ਦੀ ਆਵਾਜ਼ ਨੂੰ ਉਹ ਲੋਕ ਸਭਾ ਦੇ ਵਿੱਚ ਬੁਲੰਦ ਕਰਦੇ ਨੇ ਜੀ। ਸਰ, ਦੂਜੇ ਪਾਸੇ ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇ ਹੋ, ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ, ਅਤੇ ਉਹਨਾਂ ਦਾ ਪਰਿਵਾਰ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਇਆ, ਅਤੇ ਉਹਨਾਂ ਦੇ ਵਕੀਲ ਨੇ ਵੀ ਕਿਹਾ ਸੀ ਅਸੀਂ ਪੂਰੀ ਕੋਸ਼ਿਸ਼ਾਂ ਕਰ ਰਹੇ ਹਾਂ ਵੀ ਅੰਮ੍ਰਿਤਪਾਲ ਨੂੰ ਕਿਵੇਂ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਜਾਵੇ, ਹਾਲਾਂਕਿ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਸੰਧੂ ਸਾਹਿਬ ਉਹਨਾਂ ਨੂੰ ਜਾਣਾ ਪਵੇਗਾ ਜੀ।
ਬਿਲਕੁਲ ਜੀ, ਸਹੁੰ ਚੁੱਕ ਸਮਾਗਮ ਦੇ ਵਿੱਚ ਉਹ ਜਾਂਦੇ ਨੇ ਜਾਂ ਫਿਰ ਵਰਚੁਅਲ ਤਰੀਕੇ ਦੇ ਨਾਲ ਸਹੁੰ ਚੁੱਕਦੇ ਨੇ, ਉਹ ਅਜੇ ਭਵਿੱਖ ਦੇ ਗਰਭ ਦੇ ਵਿੱਚ ਆ, ਕੁਝ ਕਹਿ ਨਹੀਂ ਸਕਦੇ ਆਪਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ। ਪਰ ਮਾਰਜਨ ਬਹੁਤ ਵੱਡਾ ਸੀਗਾ, ਬਹੁਤ ਜ਼ਿਆਦਾ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਖਡੂਰ ਸਾਹਿਬ ਤੋਂ ਇੱਕ ਲਹਿਰ ਚੱਲੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹੀ ਵੋਟਿੰਗ ਕਰਨੀ ਆ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਆਪਣੇ ਅਕਾਊਂਟ ਭਰ ਦਿੱਤੇ ਕਿ ਕੁਸ਼ਚਨ ਸਵਾਲ ਜਵਾਬ ਹੋਣ ਲੱਗ ਪਏ ਕਿ ਕਿਹਨੂੰ ਤੁਸੀਂ ਜਿਤਾਉਣਾ ਚਾਹੁੰਦੇ ਹੋ, ਅਤੇ ਸ਼੍ਰੋਮਣੀ ਅਕਾਲੀ ਦਲ ਦੀ, ਭਾਜਪਾ ਦੀ, ਆਮ ਆਦਮੀ ਪਾਰਟੀ ਦੀ, ਕਾਂਗਰਸ ਦੀ ਹਾਰ ਹੋਈ ਅਤੇ ਅੰਮ੍ਰਿਤਪਾਲ ਸਿੰਘ ਜਿੱਤ ਗਏ। ਫਿਲਹਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਇਕੱਲੇ ਅੰਮ੍ਰਿਤਪਾਲ ਨਹੀਂ, ਉਹਨਾਂ ਦੇ ਸਾਥੀ ਵੀ ਉੱਥੇ ਬੰਦ ਨੇ। ਅਤੇ ਹੁਣ ਅੰਮ੍ਰਿਤਪਾਲ ਸਿੰਘ MP ਬਣ ਚੁੱਕੇ ਨੇ, MP ਬਣਨ ਤੋਂ ਬਾਅਦ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਚਾਰਾਜੋਈਆਂ ਸ਼ੁਰੂ ਹੋ ਚੁੱਕੀਆਂ ਨੇ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਪੰਜਾਬ ਸਰਕਾਰ, ਜਿਹਦੇ ਕਹਿਣ ਦੇ ਉੱਤੇ NSA ਲੱਗਿਆ ਹੋਇਆ, ਉਹ ਕੇਂਦਰ ਦੇ ਨਾਲ ਗੱਲ ਕਰਦੀ ਹੈ, ਜੇ ਕੇਂਦਰ ਨਾਲ ਗੱਲ ਕਰਦੀ ਹੈ ਤਾਂ ਇਸ ਵੇਲੇ NDA ਦੀ ਸਰਕਾਰ ਬਣਨ ਵਾਲੀ ਹੈ, ਤਾਂ NDA ਦੀ ਜਿਹੜੀ ਭਾਈਵਾਲੀ ਹੈ ਉਹ ਇੱਧਰਲੇ ਪਾਸੇ ਜੁੜਦੀ ਹੈ, ਤਾਂ ਫਿਰ ਸਵਾਲ ਇਹ ਖੜ੍ਹੇ ਹੋ ਜਾਣਗੇ ਕਿ ਭਗਵੰਤ ਮਾਨ ਸਰਕਾਰ ਦੇ ਕਹਿਣ 'ਤੇ NDA ਦੇ ਨਾਲ ਕੋਈ ਨਾ ਕੋਈ ਸਲਾਹ ਮਸ਼ਵਰਾ ਹੋ ਗਿਆ ਜਿਸ ਤੋਂ ਬਾਅਦ ਦੇ ਵਿੱਚ ਇਹ ਗੱਲ ਹੋਈ ਹੈ, ਅਤੇ ਫਿਰ ਯੂਟਰਨ ਵਾਲਾ ਮਾਮਲਾ ਆ ਜੂਗਾ ਵੀ ਪਹਿਲਾਂ ਗ੍ਰਿਫਤਾਰੀ ਕਰ ਲਈ, NSA ਹੋ ਗਿਆ ਅਤੇ ਉਹ ਯੂਟਰਨ ਲੈ ਲਿਆ। ਹੁਣ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵਾਸਤੇ, ਸਹੁੰ ਚੁੱਕ ਸਮਾਗਮ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ, ਉਹਨਾਂ ਦੇ ਵਕੀਲ ਵੀ ਪੂਰੀ ਵਾਹ ਲਾ ਰਹੇ ਨੇ, ਅਤੇ ਜਦੋਂ MP ਬਣਦੇ ਨੇ ਤਾਂ ਉਹਨਾਂ ਦੀ ਧਰਮਪਤਨੀ ਕਿਰਨਦੀਪ ਕੌਰ ਅਚਾਨਕ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਦੀ ਆ, ਮੁਲਾਕਾਤ ਕਰਦੀ ਆ, ਵਧਾਈਆਂ ਦਿੰਦੀ ਆ ਅਤੇ ਅਗਲੀ ਰਣਨੀਤੀ ਘੜੀ ਜਾਂਦੀ ਹੈ। ਅਤੇ ਹੁਣ ਜਿੱਤ ਤੋਂ ਬਾਅਦ ਅੰਮ੍ਰਿਤਪਾਲ ਦੇ ਮਾਤਾ ਪਿਤਾ ਵੀ ਡਿਬਰੂਗੜ੍ਹ ਪਹੁੰਚੇ ਨੇ, ਮੁਲਾਕਾਤ ਕਰਨਗੇ, ਨਾਲ ਕਿਰਨਦੀਪ ਕੌਰ ਵੀ ਹੋਵੇਗੀ ਜਿਹਨੇ ਉਹਨਾਂ ਨੂੰ ਰਿਸੀਵ ਵੀ ਕੀਤਾ ਹੈ, ਤਾਂ ਜੋ ਅਗਲੀ ਰਣਨੀਤੀ ਘੜੀ ਜਾ ਸਕੇ ਕਿਸ ਤਰ੍ਹਾਂ ਦੇ ਨਾਲ ਚਾਰਾਜੋਈ ਕਰਨੀ ਹੈ। ਵੈਸੇ ਜਿਹੜੇ ਮਾਮਲੇ ਨੇ ਉਹ ਜ਼ਿਆਦਾ ਗੰਭੀਰ ਨਹੀਂ ਹੈਗੇ, ਉਹਨਾਂ ਦੇ ਵਿੱਚ ਸਿਰਫ NSA ਆ, ਇੱਕ NSA ਹੁੰਦਾ ਹੈ ਕਿ ਜਿਹੜੀਆਂ ਤੁਸੀਂ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਹੋ ਉਹਦੇ ਤਹਿਤ ਹੁੰਦਾ ਹੈ, ਉਹ ਸਾਲ ਕੁ ਵਾਸਤੇ ਲੱਗਦਾ ਹੈ ਅਤੇ ਜਦੋਂ ਖਤਮ ਹੁੰਦਾ ਤਾਂ ਫਿਰ ਉਹ ਵਧਾਇਆ ਵੀ ਜਾ ਸਕਦਾ ਹੈ। ਅਤੇ ਦੂਜੀ ਵਾਰ ਇਹ ਹੁਣ NSA ਵਧਿਆ ਹੋਇਆ ਹੈ, ਪਹਿਲਾਂ ਸੀਗਾ ਸਮਾਂ ਲੰਘ ਗਿਆ ਸੀ, ਅਤੇ ਹੁਣ ਦੂਜੀ ਵਾਰ NSA ਦਾ ਸਾਹਮਣਾ ਕਰ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ। ਅਤੇ ਕੁਝ ਕੁ ਮਾਮਲੇ ਉਹਨਾਂ ਦੇ ਉੱਤੇ ਹੋਰ ਵੀ ਦਰਜ ਨੇ, ਜੇ ਉਹ ਬਾਹਰ ਆਉਂਦੇ ਨੇ ਕੀ ਉਹਨਾਂ 'ਚ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਜ਼ਮਾਨਤ ਹੁੰਦੀ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣ ਵਾਲਾ ਮਾਮਲਾ ਹੈ, ਕਿਉਂਕਿ ਕਾਫੀ ਹੰਗਾਮਾ ਹੋ ਗਿਆ ਸੀਗਾ ਧਰਨੇ ਦੇ ਦੌਰਾਨ। ਇਸ ਤੋਂ ਇਲਾਵਾ ਕੁਝ ਹੋਰ ਵੀ ਮਾਮਲੇ ਨੇ ਅਤੇ ਉਹਨਾਂ ਦੇ ਤਹਿਤ ਸਾਰਾ ਕੁਝ ਚੱਲ ਰਿਹਾ। ਅਤੇ ਹੁਣ ਜਿਵੇਂ ਮੁਲਾਕਾਤ ਕਰਨ ਗਏ ਨੇ, ਮੁਲਾਕਾਤ ਤੋਂ ਬਾਅਦ ਦੇ ਵਿੱਚ ਆ ਕੇ ਕੀ ਬਿਆਨ ਜਾਰੀ ਕਰਦੇ ਨੇ, ਕਿਹੋ ਜਿਹੀ ਹਾਲਤ ਹੈ, ਕਿਹੋ ਜਿਹੇ ਉਹਨਾਂ ਦੇ ਉੱਥੇ ਵਿਚਾਰ ਨੇ, ਅਗਲੀ ਕੀ ਰਣਨੀਤੀ ਹੈ, ਕਿਵੇਂ ਸੰਸਦ ਦੇ ਵਿੱਚ ਪਹੁੰਚਣਾ, ਕਿਹੜੇ ਮੁੱਦੇ ਚੁੱਕਣੇ ਨੇ, ਕੀ ਰਿਹਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਉਹ ਸਾਰਾ ਕੁਝ ਉਹਦੇ ਮਾਤਾ ਪਿਤਾ ਫਿਰ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਦੱਸਣਗੇ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਮੁੜ ਤੋਂ ਸਹਿਮਤੀ ਬਣ ਗਈ ਆ ਭਾਜਪਾ ਵੱਲੋਂ, ਹਾਲਾਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਸਮਰਥਨ ਮਿਲਿਆ। ਉਹਨਾਂ ਨੇ ਕੱਲ੍ਹ ਰਾਸ਼ਟਰਪਤੀ ਨੂੰ ਪੱਤਰ ਵੀ ਦੇ ਦਿੱਤਾ ਅਤੇ ਕੱਲ੍ਹ ਉਹ ਸਹੁੰ ਚੁੱਕਣਗੇ। ਸੰਧੂ ਸਾਹਿਬ ਬਿਲਕੁਲ, ਬਲਵਿੰਦਰ ਜਿਹੜਾ ਇਹਨਾਂ ਦਾ NDA ਦਾ ਸੰਸਦੀ ਦਲ ਸੀਗਾ, ਉਹਨਾਂ ਦੀ ਬੈਠਕ ਹੋਈ, ਉਸ ਬੈਠਕ ਦੇ ਵਿੱਚ ਸੰਸਦੀ ਦਲ ਦਾ ਨੇਤਾ ਅਤੇ ਆਗੂ ਚੁਣ ਲਿਆ ਗਿਆ ਨਰਿੰਦਰ ਮੋਦੀ ਨੂੰ। ਵੈਸੇ ਨਰਿੰਦਰ ਮੋਦੀ ਹੋਰਾਂ ਦਾ ਪਿੱਛੇ ਜੇ ਬਿਆਨ ਚਰਚਾ ਸੀਗਾ ਕਿ ਉਮਰ ਦੇ ਹਿਸਾਬ ਦੇ ਨਾਲ ਪ੍ਰਧਾਨ ਮੰਤਰੀ ਦੀ ਵੀ ਲਿਮਿਟ ਹੋਣੀ ਚਾਹੀਦੀ ਆ, ਤਾਂ ਚਰਚਾਵਾਂ ਇਹ ਸੀਗੀਆਂ ਕਿ ਅਮਿਤ ਸ਼ਾਹ ਹੋਰੀ ਪ੍ਰਧਾਨ ਮੰਤਰੀ ਬਣਨਗੇ, ਪਰ ਨਹੀਂ, ਕੱਲ੍ਹ ਸਹੁੰ ਚੁੱਕਣ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਤੀਜੀ ਵਾਰ ਹੈਟ੍ਰਿਕ ਲਗਾਉਣ ਜਾ ਰਹੇ ਨੇ, 10 ਸਾਲਾਂ ਦਾ ਪਹਿਲਾਂ ਦਾ ਕਾਰਜਕਾਲ, 5 ਸਾਲ ਹੋਰ ਮਿਲ ਗਏ, ਅਤੇ ਅਗਲੇ ਤੱਕ ਦੀ ਵੀ ਭਾਜਪਾ ਨੇ ਤਿਆਰੀ ਕੀਤੀ ਹੋਈ ਆ ਕਿ 47 ਤੱਕ ਵੀ ਅਸੀਂ ਜਿਹੜਾ 100 ਸਾਲਾ ਜਸ਼ਨ ਵੀ ਮਨਾਉਣੇ ਨੇ ਆਜ਼ਾਦੀ ਦੇ, ਤਾਂ ਉਹਦੇ ਲਈ ਵੀ ਪੂਰੀਆਂ ਤਿਆਰੀਆਂ ਕਰ ਰਹੇ ਨੇ। ਪਰ ਜਿਸ ਤਰ੍ਹਾਂ 400 ਪਾਰ ਵਾਲਾ ਅੰਕੜਾ ਉਹਨਾਂ ਦਾ, ਨਾਰਾ ਉਹਨਾਂ ਦਾ ਇਸ ਵਾਰ ਪੂਰਾ ਨਹੀਂ ਹੋ ਸਕਿਆ, 240 ਦੇ ਉੱਤੇ ਹੀ ਸਿਮਟ ਕੇ ਰਹਿ ਗਈ ਭਾਜਪਾ। ਤਾਂ ਇਸ ਦੇ ਦੌਰਾਨ ਹੁਣ ਉਹ NDA ਵੱਲੋਂ ਹੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ, ਅਤੇ ਕੱਲ੍ਹ ਦਾ ਦਿਨ ਮੁਕਰਰ ਕੀਤਾ ਗਿਆ 9 ਜੂਨ ਨੂੰ ਸ਼ਾਮੀ 7:15 ਵਜੇ ਉਹ ਸਹੁੰ ਚੁੱਕਣਗੇ, ਅਤੇ ਉਹਨਾਂ ਦੇ ਨਾਲ
ਕੁਝ ਕੁ ਮੰਤਰੀ ਵੀ ਨੇ 18 ਕੁ ਦੇ ਕਰੀਬ ਜਿਹੜੇ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਸਕਦੇ ਨੇ ਅਤੇ ਇਹਦੇ ਵਾਸਤੇ ਬਲਵਿੰਦਰ ਸੱਦਾ ਦਿੱਤਾ ਗਿਆ ਸ਼੍ਰੀਲੰਕਾ ਤੋਂ ਲੈ ਕੇ ਨੇਪਾਲ ਤੋਂ ਲੈ ਕੇ ਮਾਲਦੀਵ ਦੇ ਰਾਸ਼ਟਰਪਤੀ ਨੂੰ ਵੀ ਸੱਦਿਆ ਗਿਆ ਜੀ। ਕੁਝ ਕੁ ਨੇ ਪੁਸ਼ਟੀ ਕਰ ਦਿੱਤੀ ਹੈ ਜਿਵੇਂ ਸ਼੍ਰੀਲੰਕਾ ਵਾਲੇ ਹੋ ਗਏ, ਪੱਛਮੀ ਵਾਲੇ ਬੰਗਲਾਦੇਸ਼ ਵਾਲੇ ਹੋ ਗਏ ਸ਼ੇਖ ਹਸੀਨਾ, ਉਹ ਕਹਿੰਦੇ ਨੇ ਕਿ ਅਸੀਂ ਆ ਰਹੇ ਹਾਂ। ਅਤੇ ਇਸ ਤੋਂ ਇਲਾਵਾ ਜਿਹੜੇ ਰਾਸ਼ਟਰਪਤੀ ਨੇ ਸ਼੍ਰੀਲੰਕਾ ਦੇ ਰਨਿਲ ਵਿਕਰਮ ਸਿੰਘੇ, ਉਹ ਵੀ ਕਹਿੰਦੇ ਅਸੀਂ ਪਹੁੰਚ ਰਹੇ ਹਾਂ। ਅਤੇ ਅਜੇ ਜਿਹੜੇ ਮਾਲਦੀਵ ਦੇ ਰਾਸ਼ਟਰਪਤੀ ਨੇ ਉਹਨਾਂ ਦਾ ਆਉਣਾ ਜਾਂ ਨਹੀਂ ਆਉਣਾ ਅਜੇ ਤੈਅ ਨਹੀਂ ਹੋਇਆ, ਪਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਜਿਹੜੇ ਉਹਨਾਂ ਦੇ ਹਮਰੁਤਬਾ ਨੇ, ਨਾਲ ਉਹਨਾਂ ਦੇ ਪਹਿਲਾਂ ਵਿਚਰਦੇ ਰਹੇ ਨੇ, ਕਈ ਸਮਝੌਤਿਆਂ ਦੇ ਉੱਤੇ ਸਾਈਨ ਹੋਏ ਨੇ। ਤਾਂ ਕੁੱਲ ਮਿਲਾ ਕੇ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਕੁਰਸੀ ਦੇ ਉੱਤੇ ਕਾਬਜ਼ ਹੋ ਜਾਣਗੇ, ਪਰ ਕੁਰਸੀ ਥੋੜ੍ਹੀ ਜਿਹੀ ਕਮਜ਼ੋਰ ਦੱਸੀ ਜਾ ਰਹੀ ਹੈ। ਪੂਰਨ ਬਹੁਮਤ ਵਾਲੀ ਸਰਕਾਰ ਨਹੀਂ ਬਣੀ ਦੋ ਵੱਡੇ ਲੀਡਰਾਂ ਦਾ, ਹਾਲਾਂਕਿ ਉਹਨਾਂ ਦੀਆਂ ਸੀਟਾਂ ਕੁੱਲ ਮਿਲਾ ਕੇ 28 ਬਣਦੀਆਂ ਨੇ। ਉਹਨਾਂ ਦਾ ਸਮਰਥਨ ਲਿਆ ਗਿਆ ਚੰਦਰਬਾਬੂ ਨਾਇਡੂ ਅਤੇ ਨਿਤਿਸ਼ ਕੁਮਾਰ ਦਾ। ਨਿਤਿਸ਼ ਕੁਮਾਰ ਹਾਮੀ ਭਰ ਚੁੱਕੇ ਨੇ ਕਿ ਮੈਂ ਮੋਦੀ ਸਾਹਿਬ ਦੇ ਨਾਲ ਹੀ ਰਹਿਣਾ, ਪਰ ਪਤਾ ਨਹੀਂ ਕਦੋਂ ਕਿਹਦੇ ਮਨ ਦੇ ਵਿੱਚ ਕੀ ਆਵੇ ਜਾਂ ਕੋਈ ਉੱਧਰੋਂ ਵੱਡੀ ਔਫਰ ਆ ਜਾਵੇ। ਤਾਂ ਔਫਰ ਤਾਂ ਉੱਧਰੋਂ ਵੈਸੇ ਆਈ ਹੋਈ ਆ, ਸੀਐਮ ਡਿਪਟੀ ਪੀਐਮ ਅਤੇ ਪੀਐਮ ਤੱਕ ਦੀਆਂ ਔਫਰਾਂ ਵੀ ਕਹਿੰਦੇ ਚਰਚਾ ਚੱਲ ਰਹੀ ਆ ਇੰਡੀਆ ਗੱਠਜੋੜ ਵੱਲੋਂ, ਪਰ ਕਿਸ ਤਰ੍ਹਾਂ ਦੇ ਨਾਲ ਮੋਦੀ ਸਰਕਾਰ ਚਲਾਉਂਦੇ ਨੇ। ਅਤੇ ਵੀ ਹੁਣ ਚਰਚਾਵਾਂ ਇਹ ਨੇ ਕਿ ਜਿੰਨੀ ਮਿਹਨਤ ਭਾਜਪਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿੱਤਣ ਵਾਸਤੇ ਕਰਨੀ ਪਈ ਆ, ਮੋਦੀ ਸਾਹਿਬ ਦੀਆਂ ਲਗਾਤਾਰ ਰੈਲੀਆਂ ਹੋਈਆਂ, 4 ਰੈਲੀਆਂ ਉਹ ਪੰਜਾਬ ਦੇ ਵਿੱਚ ਕਰ ਗਏ, ਤਾਂ ਓਨਾ ਹੀ ਜ਼ੋਰ ਹੁਣ NDA ਸਰਕਾਰ ਚਲਾਉਣ ਵਾਸਤੇ ਵੀ ਲਾਉਣਾ ਪਵੇਗਾ। ਪਹਿਲਾਂ ਹੁੰਦਾ ਸੀਗਾ ਕਿ ਬਹੁਮਤ ਵਾਲੀ ਸਰਕਾਰ ਸੀ, ਜਿਹੜੇ ਵੀ ਫੈਸਲੇ ਬਣਦੇ ਸੀ, ਜਿਹੜੇ ਵੀ ਕਾਨੂੰਨ ਬਣਦੇ ਸੀਗੇ, ਉਹ ਇੱਕੋ ਵਾਰ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਸੀ। ਪਰ ਹੁਣ ਵੱਖ ਵੱਖ ਸੂਬਿਆਂ ਦੇ ਨੁਮਾਇੰਦੇ ਇਹਨਾਂ ਦੇ ਨਾਲ ਨੇ, ਉਹਨਾਂ ਦੀਆਂ ਕੀ ਮੰਗਾਂ ਨੇ, ਉਹ ਕਿਵੇਂ ਦਾ ਦਾਅ ਪੇਚ ਖੇਡਦੇ ਨੇ, ਕੀ ਮੰਗ ਰੱਖਦੇ ਨੇ, ਉਹਨਾਂ ਦੇ ਹਿਸਾਬ ਦੇ ਨਾਲ ਹੀ ਹੁਣ NDA ਸਰਕਾਰ ਨੂੰ ਚੱਲਣਾ ਪਵੇਗਾ ਜੀ। ਸੋ ਦੂਜੇ ਪਾਸੇ ਸੰਧੂ ਸਾਹਿਬ, ਕਿੱਧਰ ਨੂੰ ਪੰਜਾਬ ਦਾ ਮਾਹੌਲ ਜਾ ਰਿਹਾ? ਅੱਜ ਮੋਹਾਲੀ ਦੀ ਘਟਨਾ ਵਾਪਰੀ ਹੈ, 31 ਸਾਲਾ ਕੁੜੀ ਦਾ ਇੱਕ ਪ੍ਰੇਮੀ ਦਾ ਕਹਿੰਦੇ ਮਾਮਲਾ ਦੱਸਿਆ ਜਾ ਰਿਹਾ, ਉਹਨੂੰ ਦਿਨ ਦਿਹਾੜੇ ਵੱਢ ਦਿੱਤਾ ਗਿਆ, ਲੋਕ ਖੜ੍ਹੇ ਦੇਖਦੇ ਰਹਿ ਗਏ ਅਤੇ ਉਸ ਕੁੜੀ ਦਾ ਕਤਲ ਹੋ ਜਾਂਦਾ ਜੀ। ਬਿਲਕੁਲ ਬਲਵਿੰਦਰ, ਮੋਹਾਲੀ ਦੇ ਫੇਜ਼ 5 ਦੀ ਘਟਨਾ ਹੈ। ਜਾਣਕਾਰੀ ਮੁਤਾਬਕ ਆਪਣੀਆਂ ਕੁਝ ਲੜਕੀਆਂ ਸਹੇਲੀਆਂ ਦੇ ਨਾਲ ਜਾਂ ਫਿਰ ਆਟੋ ਦੇ ਵਿੱਚ ਕੁੜੀ ਆਉਂਦੀ ਹੈ, ਉਤਰਦੀ ਹੈ, ਤਾਂ ਪਹਿਲਾਂ ਤੋਂ ਖੜ੍ਹਾ ਇੱਕ ਨੌਜਵਾਨ ਉਹਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੰਦਾ ਹੈ। ਹਮਲਾ ਵੀ ਐਡੀ ਬੇਰਹਿਮੀ ਨਾਲ ਕਰਦਾ ਹੈ ਕਿ ਸਿਰ ਤੋਂ ਲੈ ਕੇ ਪੈਰਾਂ ਤੋਂ ਲੈ ਕੇ ਹੱਥਾਂ ਦੇ ਉੱਤੇ ਤਲਵਾਰ ਦੇ ਵਾਰ ਕੀਤੇ ਜਾਂਦੇ ਨੇ ਅਤੇ ਕੋਈ ਵੀ ਛਡਾਉਣ ਵਾਸਤੇ ਅੱਗੇ ਨਹੀਂ ਆਉਂਦਾ। ਕੁਝ ਬੰਦੇ ਆਉਂਦੇ ਨੇ, ਉਹਨਾਂ ਨੂੰ ਡਰ ਪੈ ਜਾਂਦਾ ਹੈ ਤਾਂ ਵਾਪਸ ਚਲੇ ਜਾਂਦੇ ਨੇ, ਪਰ ਉਹ ਲਗਾਤਾਰ ਡਿੱਗਣ ਤੋਂ ਬਾਅਦ ਵੀ ਹਮਲਾ ਕਰਦਾ ਰਹਿੰਦਾ ਹੈ ਤਾਂ ਉਹ ਲੜਕੀ ਦੀ ਜਾਨ ਚਲੀ ਜਾਂਦੀ ਹੈ। ਮੁੱਢਲੀ ਜਾਣਕਾਰੀ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਲੜਕੀ ਦੀ ਪਹਿਚਾਣ 31 ਸਾਲਾ ਬਲਜਿੰਦਰ ਕੌਰ ਦੇ ਰੂਪ ਦੇ ਵਿੱਚ ਹੋਈ ਹੈ। ਉਹ ਪ੍ਰਾਈਵੇਟ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਜੌਬ ਕਰਦੀ ਸੀ ਪਿਛਲੇ 9 ਸਾਲਾਂ ਤੋਂ ਲਗਾਤਾਰ। ਮੋਰਿੰਡਾ ਦੇ ਨਜ਼ਦੀਕ ਉਹਦਾ ਪਿੰਡ ਵੀ ਹੈ ਅਤੇ ਮਾਮਲਾ ਉਹੀ ਮੁੱਢਲੀ ਜਾਣਕਾਰੀ 'ਚ ਪੁਲਿਸ ਦੇ ਮੁਤਾਬਕ ਪ੍ਰੇਮ ਪ੍ਰਸੰਗਾਂ ਦਾ ਹੈ। ਪ੍ਰੇਮ ਪ੍ਰਸੰਗਾਂ ਨੂੰ ਲੈ ਕੇ ਇਹ ਵਾਰਦਾਤ ਕੀਤੀ ਗਈ, ਪਰ ਵੱਡੇ ਸਵਾਲ ਇਹ ਨੇ ਕਿ ਪੁਲਿਸ ਪ੍ਰਸ਼ਾਸਨ ਜਾਂ ਚੌਂਕਾਂ ਦੇ ਵਿੱਚ ਖੜ੍ਹੇ ਪੁਲਿਸ ਵਾਲੇ ਕੀ ਕਰਦੇ ਨੇ? ਜੇਕਰ ਉਹ ਨਹੀਂ ਰੋਕ ਸਕਦੇ ਤਾਂ ਫਿਰ ਡਿਊਟੀ ਦਾ ਉਹਨਾਂ ਦਾ ਖੜ੍ਹਨ ਦਾ ਮਤਲਬ ਕੀ ਹੋਇਆ? ਅਤੇ ਜਿਹੜੇ ਉਹਨੂੰ ਗ੍ਰਿਫਤਾਰ ਕਰਨ ਗਏ ਸੀ ਪੁਲਿਸ ਮੁਲਾਜ਼ਮ, ਉਹਨਾਂ ਦੇ ਉੱਤੇ ਵੀ ਹਮਲਾ ਹੋ ਗਿਆ, ਇੱਕ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ, ਉਹ ਵੀ ਜ਼ਖਮੀ ਹੈ। ਉਹ ਬੰਦਾ ਇੰਨਾ ਕੁ ਮਤਲਬ ਸਿਰ ਫਿਰਿਆ ਸੀਗਾ ਜਿਹਨੇ ਜਿਹੜਾ ਵੀ ਆਇਆ ਉਹਦੇ ਉੱਤੇ ਹੀ ਤਲਵਾਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤਾਂ ਉਸ ਲੜਕੀ ਦੀ ਹੁਣ ਜਾਂਚ ਚਲੀ ਗਈ ਹੈ, ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਸਮਰਾਲਾ ਦੇ ਨਜ਼ਦੀਕ ਕਿਸੇ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ। ਕਦੋਂ ਤੋਂ ਇਹ ਜਾਣਦੇ ਨੇ ਕੀ ਕਾਰਨ ਹੋਇਆ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਐਡਾ ਵੱਡਾ ਕਦਮ ਉਸ ਨੌਜਵਾਨ ਨੇ ਚੁੱਕਿਆ ਅਤੇ ਦਿਨ ਦਿਹਾੜੇ ਬਲਜਿੰਦਰ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਚੱਲ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸੰਧੂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਬਲਵਿੰਦਰ ਜੀ। ਸੋ ਪ੍ਰੋਗਰਾਮ ਰੱਖ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।